ਅਸੀਂ ਗੱਡੀ ਲੈ ਕੇ ਖੜਕ ਸਿੰਘਾਰੇ ਤੋਂ ਆ ਰਹੇ ਸੀਗੇ ਜੀ, ਅਤੇ ਭਾਣਜੀ ਬਿਮਾਰ ਸੀ ਉਹਦਾ ਪਤਾ ਲੈ ਕੇ ਆਏ ਸੀ। ਸਾਡਾ ਪਿੰਡ ਭੁੰਦੜਾ ਜੀ, ਉੱਥੋਂ ਜਦੋਂ ਅਸੀਂ ਆ ਰਹੇ ਸੀ ਅਤੇ ਮੰਨ ਕੇ ਚੱਲੋ ਵੀ ਮੇਰਾ ਭਰਾ ਗੱਡੀ ਚਲਾਉਂਦਾ ਜੀ ਜਗਤਾਰ ਸਿੰਘ, ਸਨ ਆਫ ਮੇਜਰ ਸਿੰਘ, ਅਤੇ ਆ ਕੇ ਨਰਿੰਦਰਪੁਰੇ ਦੋ ਗੱਡੀਆਂ ਮੂਹਰੋਂ ਆਈਆਂ। ਉਹਨਾਂ ਨੇ ਇੱਕ ਕਰੋਲਾ ਸੀ, ਇੱਕ ਬਲੋਰੋ ਸੀ, ਅਤੇ ਕਰੋਲਾ 'ਚੋਂ ਚਾਰ ਬੰਦੇ ਉਤਰੇ ਅਤੇ ਉਹਨਾਂ ਨੇ ਪਿਸਟਲ ਕੱਢੇ, ਸਾਡੇ ਮੂਹਰੇ ਗੱਡੀ ਲਾ ਲਈ ਸੜਕ 'ਤੇ, ਲੰਘਣ ਨੂੰ ਥਾਂ ਨਹੀਂ ਸੀ, ਅਸੀਂ ਗੱਡੀ ਰੋਕੀ। ਅਤੇ ਉਹ ਜਦੋਂ ਬਾਹਰ ਨਿਕਲ ਗਏ, ਉਹਨਾਂ ਨੇ ਆ ਕੇ ਗੱਡੀ ਦੇ ਮੰਨ ਕੇ ਚਲੋ ਚਾਰ ਸਵੇਰੇ ਟਾਕੀਆਂ ਖੋਲ੍ਹੀਆਂ, ਪਸਤੌਲ ਲਾ ਲਏ। ਦੋ ਬੱਚੇ ਸੀ ਛੋਟੇ, ਇੱਕ ਮਾਤਾ ਸੀ ਅਤੇ ਇੱਕ ਮੇਰਾ ਭਰਾ ਸੀ ਜਗਤਾਰ। ਅਤੇ ਉਹ ਜਦੋਂ ਪਸਤੌਲ ਲਾ ਲਏ, ਕਹਿੰਦੇ ਵੀ ਗੱਡੀ ਛੱਡ ਦਿਉ, ਗੱਡੀ ਛੱਡ ਦਿਉ। ਉਹ ਮੰਨ ਕੇ ਚਲੋ ਵੀ ਆਪਾਂ ਨਾਲ ਦੀ ਨਾਲ ਡਰ ਗਏ ਵੀ ਕਿਤੇ ਗੋਲੀ ਨਾ ਮਾਰਨ। ਉਹ ਜਦੋਂ ਚਾਬੀ ਕੱਢੀ, ਉਹ ਬੰਦੇ ਕਹਿੰਦੇ ਚਾਬੀ ਨਾਲ ਦੀ ਨਾਲ ਵਿੱਚ ਪਾ ਦਿਉ, ਨਹੀਂ ਗੋਲੀ ਮਾਰ ਦਾਂਗੇ, ਬਾਹਰ ਹੋ ਜਾਓ, ਬਾਹਰ ਹੋ ਜਾਓ। ਉਹ ਅਸੀਂ ਜਰਕ ਦੇਣੇ, ਮੇਰਾ ਭਰਾ ਬਾਹਰ ਹੋ ਗਿਆ ਅਤੇ ਬੱਚੇ ਬਾਹਰ ਕੱਢ ਲਏ ਅਸੀਂ ਨੇ। ਉਹ ਲੈ ਕੇ ਗੱਡੀ ਕਰੋਲਾ ਉੱਥੇ ਛੱਡ ਗਏ ਆਪਦੀ ਗੱਡੀ, ਅਤੇ ਸਾਡੀ ਗੱਡੀ ਲੈ ਕੇ ਉੱਥੋਂ ਸਮਝ ਲਓ ਨਾਲ ਦੀ ਨਾਲ ਹੀ ਟੱਪ ਗਏ ਜੀ ਉਹ। ਅਤੇ ਸਾਨੂੰ ਨਹੀਂ ਪਤਾ ਵੀ ਕੌਣ ਸੀ ਕੌਣ ਨਾ, ਅਤੇ ਇੱਕ ਦੋ ਦੇ ਮੂੰਹ ਮਾਂ ਬੰਨੇ ਹੋਏ ਸੀ, ਬੋਲਦੇ ਪੰਜਾਬੀ ਸੀ। ਬਸ ਅਸੀਂ ਨਾਲ ਦੀ ਨਾਲ ਜਦੋਂ ਡਰ ਗਏ ਅਸੀਂ ਨਾਲ ਦੀ ਨਾਲ ਬੋਹਾ ਥਾਣੇ 'ਚ ਫੋਨ ਮਾਰਿਆ ਗਾ ਅਤੇ ਪ੍ਰਗਟ ਸਿੰਘ ਨੂੰ, ਪ੍ਰਗਟ ਸਿੰਘ ਨੇ ਸਾਨੂੰ ਨੰਬਰ ਦੇ ਤਾ ਮਾਨਸਾ ਦਾ, ਉੱਥੇ ਸਾਡੇ ਲਈ ਮੁਲਾਜ਼ਮ ਬਸ 5 ਮਿੰਟਾਂ ਬਾਅਦ ਹੀ ਪਹੁੰਚ ਗਏ। ਬਸ ਇਹ ਗੱਲ ਹੋਈ ਹੈ ਜੀ, ਸਾਨੂੰ ਨਹੀਂ ਪਤਾ ਉਹ ਗੱਡੀ ਕਿੱਧਰ ਲੈ ਗਏ ਕਿੱਧਰ ਨਾ ਜੀ, ਆਪਦੀ ਗੱਡੀ ਛੱਡ ਗਏ। ਜੋ ਇੱਥੇ ਐਲਟੋ ਗਾੜੀ ਕੱਲ੍ਹ ਜੋ ਸਿੱਧੂ ਮੂਸੇ ਨੂੰ ਲੈ ਕੇ ਜੋ ਉਹਨਾਂ ਦੇ ਵਿੱਚ ਸਰ ਖੋਹ ਕੀਤੀ ਗਈ ਸੀ ਗਾੜੀ, ਇੱਥੇ ਐਲਟੋ ਮਿਲੀ, ਸਰ ਕੀ ਕਹਿਣਾ ਚਾਹੋਗੇ? ਇਹ ਕੱਲ੍ਹ ਜਿਹੜਾ ਇੰਸੀਡੈਂਟ ਹੋਇਆ ਸੀਗਾ ਮਾਨਸੇ ਰਿਗਾਰਡਿੰਗ ਸਿੱਧੂ ਮੂਸੇ ਵਾਲਾ, ਉਹਦੇ 'ਚ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਗੱਡੀ ਖੋਹ ਕੀਤੀ ਸੀਗੀ ਆਲਟੋ ਸਦਰ ਥਾਣੇ ਦੇ ਏਰੀਏ ਵਿੱਚੋਂ। ਉਹ ਗੱਡੀ ਅੱਜ ਦੁਪਹਿਰੇ 2:30 ਵਜੇ ਦੇ ਕਰੀਬ ਸਾਨੂੰ ਇੱਥੇ ਰਿਕਵਰ ਹੋਈ ਹੈਗੀ ਹੈ ਐਬੈਂਡੈਂਟ ਕੰਡੀਸ਼ਨ 'ਚ। ਜਿਹੜੇ ਲੋਕਲਾਈਟ ਸੀਗੇ ਨੇ ਉਹ ਕਹਿੰਦੇ ਹੈਗੇ ਕਿ ਗੱਡੀ ਸਵੇਰ ਦੀ ਇੱਥੇ ਖੜੀ ਸੀਗੀ, ਅਤੇ ਦੇਵਰ ਥਿੰਕਿੰਗ ਕਿ ਹਾਂ ਕਿਸੇ ਨਸ਼ੇੜੀ ਦਾ ਕੁਛ ਐਕਸੀਡੈਂਟ ਵਗੈਰਾ ਹੋਇਆ ਹੋਣਾ, ਛੱਡ ਕੇ ਚਲਾ ਗਿਆ ਹੋਣਾ। ਤਾਂ ਉਹਨਾਂ ਨੇ ਜਦੋਂ ਸਾਨੂੰ ਇਨਫੋਰਮ ਕੀਤਾ ਤਾਂ ਅਸੀਂ ਇਮੀਡੀਏਟਲੀ ਰਸ਼ ਕੀਤਾ ਇੱਥੇ ਆ ਕਰਕੇ, ਫਿਰ ਇਹਦੀ ਇੱਕ ਤਾਂ ਆਪਾਂ ਆਪਣੇ ਕਬਜ਼ੇ 'ਚ ਲੈ ਲਈ ਹੈਗੀ ਹੈ, ਔਰ ਬਾਕੀ ਇਹਦੀ ਫੋਰੈਂਸਿਕਸ ਵਗੈਰਾ ਕਰਵਾ ਰਹੇ ਹਾਂ। ਕੁਝ ਬਰਾਮਦ ਹੋਇਆ ਸਰ ਗਾੜੀ 'ਚ? ਨਹੀਂ, ਕੋਈ ਇਤਰਾਜ਼ ਵਾਲੀ ਚੀਜ਼ ਤਾਂ ਕੋਈ ਨਹੀਂ ਬਰਾਮਦ ਹੋਈ, ਬਾਕੀ ਫੋਰੈਂਸਿਕਸ ਚੱਲ ਰਹੀ ਹੈ, ਔਰ ਜਿੰਨੀ ਵੀ ਚੀਜ਼ਾਂ ਰਿਕਵਰ ਹੋਣਗੀ ਉਹ ਜੋ ਆਪਣਾ ਕੇਸ ਹੈ ਉਸਕੇ ਸਾਥ ਹਮ ਉਸਕੋ ਐਸੋਸੀਏਟ ਕਰਨੇ ਕੀ ਕੋਸ਼ਿਸ਼ ਕਰ ਰਹੇ। ਸਰ ਗੱਲ ਕਰੀ ਜਿਵੇਂ ਮਾਨਸਾ ਵਿੱਚ ਕੋਈ ਗਈ ਸਰ, ਕਿੱਧਰ ਦੀ ਕਿੱਧਰ ਹੈ ਸਰ ਇੱਥੇ ਗੱਡੀ ਆ ਗਈ ਧਰਮਕੋਟ ਸਾਈਡ ਤੋਂ? ਅਜੇ ਦੇਖੋ ਜੀ, ਆਪਾਂ ਸਾਰੇ ਚੈਕਿੰਗ ਕਰ ਰਹੇ ਹੈਗੇ ਹਾਂ, ਰੂਟ ਜਿਹੜਾ ਹੈਗਾ ਉਹ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਹੁਣ ਵੀ ਆਰ ਨੋਟ ਕਲੀਅਰ ਕਿ ਹਜੇ ਕਿਹੜੇ ਪਾਸਿਓਂ ਆਈ ਹੈ, ਹੋ ਸਕਦਾ ਜੀਰੇ ਵਾਲੇ ਪਾਸਿਓਂ ਆਈ ਹੋਵੇ, ਉਸਦਾ ਡਾਇਰੈਕਟ ਹਾਈਵੇ ਤੋਂ ਆਈ ਹੋਵੇ। ਬਟ ਕਾਫੀ ਨਾਕਾਬੰਦੀ ਗੱਲ ਕੀਤੀ ਹੋਈ ਸੀ, ਰੈੱਡ ਅਲਰਟ ਪਲਾਨ ਸੀਗਾ ਹਰ ਜਗ੍ਹਾ 'ਤੇ ਪੰਜਾਬ ਵਿੱਚ, ਤਾਂ ਮੋਸਟ ਪ੍ਰੋਬਲੀ ਇਹਨਾਂ ਨੇ ਅੰਦਰੋਂ ਅੰਦਰ ਕਿਤੇ ਨਾ ਕਿਤੇ ਰਸਤਾ ਲਿਆ। ਸੱਚ ਸਰ, ਆਪ ਤੱਕ ਸੂਚਨਾ ਸਰ ਕਿਵੇਂ ਪਹੁੰਚੀ ਇਸ ਗੱਡੀ ਦੀ? ਇਹ ਲੋਕਲ ਬੰਦਿਆਂ ਨੇ SHO ਸਾਹਿਬ ਨੂੰ ਦੱਸਿਆ ਸੀਗਾ, ਔਰ ਉਹਨਾਂ ਦੇ ਵੱਲੋਂ ਫਿਰ ਸਾਨੂੰ ਇਨਫੋਰਮੇਸ਼ਨ ਆਈ ਕਿ ਹਾਂ ਇੱਥੇ ਜਿਹੜਾ ਹੈਗਾ ਇਹ ਗੱਡੀ। ਕੋਈ ਮੁਰਜਮ ਸਰ ਮਿਲਿਆ ਨਾਲ? ਨਹੀਂ, ਅਬੈਂਡੈਂਟ ਪੋਜੀਸ਼ਨ ਹੀ ਸੀਗੀ। ਓਕੇ, ਹਾਂ, ਲਾਵਾਰਿਸ ਹਾਲਾਤ ਵਿੱਚ ਮਿਲੀ ਗੱਡੀ। ਸਰ ਇਹ ਗੱਡੀ ਕਿੱਥੋਂ ਖੋਹੀ ਗਈ ਸੀਗੀ ਕੱਲ? ਮਾਨਸੇ। ਮਾਨਸਾ ਗਾੜੀ ਮੇਂ ਦੋ ਤਿੰਨ ਨੰਬਰ ਪਲੇਟ ਵੀ ਹੈ ਅਲੱਗ ਅਲੱਗ, ਪਰ ਗਾੜੀ ਇਸੀ ਗਾੜੀ ਕੀ ਨੰਬਰ ਪਲੇਟ ਹੈ, ਦੋ ਰੱਖੀ ਹੋਈ ਹੈ ਅੰਦਰ, ਜੋ ਪਲੇਟਸ ਰੱਖੀ ਹੋਈ ਹੈ ਇੱਕ ਆਗੇ ਕੀ ਹੈ ਇੱਕ ਪਿੱਛੇ ਕੀ ਹੈ, ਔਰ ਉਹ ਮੈਚ ਕਰ ਰਹੀ ਹੈ ਐਸ ਪਰ ਦੀ ਵੈਰੀਫਿਕੇਸ਼ਨ, ਇਨੀਸ਼ੀਅਲ ਵੈਰੀਫਿਕੇਸ਼ਨ। ਸਰ ਜਿਵੇਂ ਰੋਡ ਤੋਂ ਗੱਡੀ ਥੱਲੇ ਸਰ ਕਿਵੇਂ ਚੱਲੀ ਗਈ ਥੱਲੇ? ਉਹਨੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ, ਉਸੇ ਉੱਤੇ ਆਪਾਂ ਕੰਮ ਕਰ ਰਹੇ ਹੈਗੇ ਹਾਂ ਕਿ ਇਹ ਆਪ ਡਿੱਗੀ ਹੈ ਜਾਂ ਕਿਸੇ ਨੇ ਡਿਗਾਈ ਹੈ, ਕੀ ਹੈਗਾ ਉਹਦੇ ਪਿੱਛੇ ਰਾਜ, ਉਹ ਆਪਾਂ ਕਰ ਰਹੇ ਹਾਂ ਵਰਕ ਉਹਦੇ। ਸਰ ਵਿੱਚੋਂ ਕੁਛ ਖੂਨ ਦੇ ਧੱਬੇ ਜਾਂ ਕੋਈ ਐਕਸੀਡੈਂਟ 'ਚ ਕੋਈ ਜ਼ਖਮੀ ਹੋਇਆ? ਧਰਮਕੋਟ ਏਰੀਏ ਦੇ ਜਿੰਨੇ ਵੀ ਹਸਪਤਾਲ ਹੈ ਉਹ ਚੈੱਕ ਕੀਤੇ ਗਏ ਵੀ ਕੋਈ ਜ਼ਖਮੀ ਹੋਇਆ ਤਾਂ ਉਹਨੇ ਉੱਥੇ ਜਾ ਕੇ ਇਲਾਜ ਕਰਵਾਇਆ ਹੋਵੇ? ਦੇਖੋ ਜੀ, ਆਪਾਂ ਇੱਥੇ ਵਰਕ ਕਰ ਰਹੇ ਹੈਗੇ ਹਾਂ, ਹਜੇ ਕੋਈ ਖੂਨ ਦਾ ਧੱਬਾ ਜਾਂ ਕੋਈ ਐਕਸੀਡੈਂਟ ਵਾਲੀ ਕੰਡੀਸ਼ਨ ਇਹਦੇ 'ਚ ਦਿਖਾਈ ਨਹੀਂ ਦੇ ਰਹੀ ਹੈਗੀ ਹੈ, ਠੀਕ ਹੈ ਨਾ? ਜੋ ਲੱਗ ਰਿਹਾ ਹੈਗਾ ਸਾਨੂੰ ਕਿ ਇੱਥੇ ਲਿਆ ਕਰਕੇ ਗੱਡੀ ਨੂੰ ਕਿਸੇ ਨੇ ਧੱਕਾ ਮਾਰ ਕੇ ਥੱਲੇ ਸੁੱਟਿਆ ਹੋਵੇ, ਔਰ ਬਾਕੀ ਉਸ ਚੀਜ਼ 'ਤੇ ਹਜੇ ਫਰਦਰ ਵੈਰੀਫਿਕੇਸ਼ਨ ਆਪਾਂ ਕਰ ਰਹੇ ਹੈਗੇ। ਅਸੀਂ ਗੱਡੀ ਲੈ ਕੇ ਖੜਕ ਸਿੰਘਾਰੇ ਤੋਂ ਆ ਰਹੇ ਸੀਗੇ ਜੀ, ਅਤੇ ਭਾਣਜੀ ਬਿਮਾਰ ਸੀ ਉਹਦਾ ਪਤਾ ਲੈ ਕੇ ਆਏ ਸੀ। ਸਾਡਾ ਪਿੰਡ ਭੁੰਦੜਾ ਜੀ, ਉੱਥੋਂ ਜਦੋਂ ਅਸੀਂ ਆ ਰਹੇ ਸੀ ਅਤੇ ਮੰਨ ਕੇ ਚੱਲੋ ਵੀ ਮੇਰਾ ਭਰਾ ਗੱਡੀ ਚਲਾਉਂਦਾ ਜੀ ਜਗਤਾਰ ਸਿੰਘ, ਸਨ ਆਫ ਮੇਜਰ ਸਿੰਘ, ਅਤੇ ਆ ਕੇ ਨਰਿੰਦਰਪੁਰੇ ਦੋ ਗੱਡੀਆਂ ਮੂਹਰੋਂ ਆਈਆਂ। ਉਹਨਾਂ ਨੇ ਇੱਕ ਕਰੋਲਾ ਸੀ, ਇੱਕ ਬਲੋਰੋ ਸੀ, ਅਤੇ ਕਰੋਲਾ 'ਚੋਂ ਚਾਰ ਬੰਦੇ ਉਤਰੇ ਅਤੇ ਉਹਨਾਂ ਨੇ ਪਿਸਟਲ ਕੱਢੇ, ਸਾਡੇ ਮੂਹਰੇ ਗੱਡੀ ਲਾ ਲਈ ਸੜਕ 'ਤੇ, ਲੰਘਣ ਨੂੰ ਥਾਂ ਨਹੀਂ ਸੀ, ਅਸੀਂ ਗੱਡੀ ਰੋਕੀ। ਅਤੇ ਉਹ ਜਦੋਂ ਬਾਹਰ ਨਿਕਲ ਗਏ, ਉਹਨਾਂ ਨੇ ਆ ਕੇ ਗੱਡੀ ਦੇ ਮੰਨ ਕੇ ਚਲੋ ਚਾਰ ਸਵੇਰੇ ਟਾਕੀਆਂ ਖੋਲ੍ਹੀਆਂ, ਪਸਤੌਲ ਲਾ ਲਏ। ਦੋ ਬੱਚੇ ਸੀ ਛੋਟੇ, ਇੱਕ ਮਾਤਾ ਸੀ ਅਤੇ ਇੱਕ ਮੇਰਾ ਭਰਾ ਸੀ ਜਗਤਾਰ। ਅਤੇ ਉਹ ਜਦੋਂ ਪਸਤੌਲ ਲਾ ਲਏ, ਕਹਿੰਦੇ ਵੀ ਗੱਡੀ ਛੱਡ ਦਿਉ, ਗੱਡੀ ਛੱਡ ਦਿਉ। ਉਹ ਮੰਨ ਕੇ ਚਲੋ ਵੀ ਆਪਾਂ ਨਾਲ ਦੀ ਨਾਲ ਡਰ ਗਏ ਵੀ ਕਿਤੇ ਗੋਲੀ ਨਾ ਮਾਰਨ। ਉਹ ਜਦੋਂ ਚਾਬੀ ਕੱਢੀ, ਉਹ ਬੰਦੇ ਕਹਿੰਦੇ ਚਾਬੀ ਨਾਲ ਦੀ ਨਾਲ ਵਿੱਚ ਪਾ ਦਿਉ, ਨਹੀਂ ਗੋਲੀ ਮਾਰ ਦਾਂਗੇ, ਬਾਹਰ ਹੋ ਜਾਓ, ਬਾਹਰ ਹੋ ਜਾਓ। ਉਹ ਅਸੀਂ ਜਰਕ ਦੇਣੇ, ਮੇਰਾ ਭਰਾ ਬਾਹਰ ਹੋ ਗਿਆ ਅਤੇ ਬੱਚੇ ਬਾਹਰ ਕੱਢ ਲਏ ਅਸੀਂ ਨੇ। ਉਹ ਲੈ ਕੇ ਗੱਡੀ ਕਰੋਲਾ ਉੱਥੇ ਛੱਡ ਗਏ ਆਪਦੀ ਗੱਡੀ, ਅਤੇ ਸਾਡੀ ਗੱਡੀ ਲੈ ਕੇ ਉੱਥੋਂ ਸਮਝ ਲਓ ਨਾਲ ਦੀ ਨਾਲ ਹੀ ਟੱਪ ਗਏ ਜੀ ਉਹ।
ਅਤੇ ਸਾਨੂੰ ਨਹੀਂ ਪਤਾ ਵੀ ਕੌਣ ਸੀ ਕੌਣ ਨਾ, ਅਤੇ ਇੱਕ ਦੋ ਦੇ ਮੂੰਹਾਂ ਬੰਨੇ ਹੋਏ ਸੀ, ਬੋਲਦੇ ਪੰਜਾਬੀ ਸੀ ਬਸ। ਅਸੀਂ ਨਾਲ ਦੀ ਨਾਲ ਜਦੋਂ ਡਰ ਗਏ ਸੀ, ਨਾਲ ਦੀ ਨਾਲ ਬੋਹਾ ਥਾਣੇ 'ਚ ਫੋਨ ਮਾਰਿਆ ਗਾ ਅਤੇ ਪ੍ਰਗਟ ਸਿੰਘ ਨੂੰ, ਪ੍ਰਗਟ ਸਿੰਘ ਨੇ ਸਾਨੂੰ ਨੰਬਰ ਦੇ ਤਾ ਮਾਨਸਾ ਦਾ, ਉੱਥੇ ਸਾਡੇ ਲਈ ਮੁਲਾਜ਼ਮ ਬਸ 5 ਮਿੰਟਾਂ ਬਾਅਦ ਹੀ ਪਹੁੰਚ ਗਏ। ਬਸ ਇਹ ਗੱਲ ਹੋਈ ਹੈ ਜੀ, ਸਾਨੂੰ ਨਹੀਂ ਪਤਾ ਉਹ ਗੱਡੀ ਕਿੱਧਰ ਲੈ ਗਏ ਕਿੱਧਰ ਨਾ ਜੀ, ਆਪਦੀ ਗੱਡੀ ਛੱਡ ਗਏ।